ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਰਬੱਤ ਸੰਗਤ ਸਾਧੂ ਮਹਾਂਪੁਰਸ਼ਾਂ ਦੀ ਪਵਿੱਤਰ ਧੂੜ ਲੈਣ ਵਾਸਤੇ ਇਸ ਪਵਿੱਤਰ ਅਸਥਾਨ 'ਤੇ ਪਹੁੰਚੇ ਹੋ। ਸਤਿਗੁਰਾਂ ਦਾ ਫਰਮਾਨ ਹੈ, ਕਬੀਰ ਸਾਹਿਬ ਜੀ ਫਰਮਾਉਂਦੇ ਨੇ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਦੁਨੀਆਂ ਦੇ ਉੱਤੇ ਸਾਧੂ ਰੱਬ ਦੇ ਪਿਆਰੇ ਕੀ ਕਰਨ ਆਉਂਦੇ ਨੇ, ਉਹਨਾਂ ਦੇ ਕੀ ਕਾਰਜ ਹੁੰਦੇ ਨੇ, ਉਹਨਾਂ ਦੀ ਸੰਗਤ ਕਰਕੇ ਸਾਨੂੰ ਕੀ ਪ੍ਰਾਪਤ ਹੁੰਦਾ ਹੈ, ਕਿਉਂਕਿ ਦੁਨੀਆਂ ਦੀਆਂ ਵਸਤੂਆਂ ਇਕੱਠੀਆਂ ਕਰ ਲੈਣੀਆਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੋਇਆ ਕਰਦੀ। ਜੋ ਮਨੁੱਖ ਜਨਮ ਦਾ ਮਨੋਰਥ ਹੈ, ਮਨੁੱਖ ਇਸ ਧਰਤੀ 'ਤੇ ਕਿਉਂ ਆਇਆ ਹੈ, ਨਾਮ ਜਪ ਕੇ ਉਸਨੂੰ ਕੀ ਮਿਲੇਗਾ, ਇਹ ਸਾਰੀਆਂ ਗੱਲਾਂ ਦੇ ਸਵਾਲ ਨੇ ਜਿਹੜੇ, ਉਹਨਾਂ ਦੇ ਜਵਾਬ ਗੁਰਬਾਣੀ ਦਿੰਦੀ ਹੈ, ਸਾਧੂ ਦਿੰਦੇ ਹਨ। ਇਸ ਕਰਕੇ ਕੁਝ ਮਿਲੇ ਨਾ ਮਿਲੇ, ਦੁਨੀਆਂ 'ਤੇ ਸਾਧੂ ਦੀ ਸੰਗਤ ਮਿਲ ਜਾਣੀ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਜਥਾ ਤਪੋਵਨ ਟੱਕੀ ਸਾਹਿਬ, ਜਿੱਥੇ ਮਹਾਂਪੁਰਸ਼ਾਂ ਨੇ ਸਾਲਾਂ ਬੱਧੀ ਤਪ ਕੀਤਾ, ਇੱਥੇ ਹਾਜ਼ਰੀ ਭਰਨ ਵਾਸਤੇ ਹਾਜ਼ਰ ਹੋਇਆ ਹੈ ਜਥਾ, ਕਿਉਂਕਿ ਆਪ ਜੀ ਸਾਧ ਸੰਗਤ ਜੀ ਨੂੰ ਦੱਸ ਦੇਈਏ ਵੀ ਬਾਬਾ ਜੀ ਕੁਝ ਦਿਨਾਂ ਦੇ ਇੰਗਲੈਂਡ ਦੇ UK ਦੇ ਦੌਰੇ 'ਤੇ ਗਏ ਹੋਏ ਨੇ। ਜੋ ਧਰਮ ਪ੍ਰਚਾਰ ਦੌਰਾ, ਇਸ ਕਰਕੇ ਬਾਬਾ ਜੀ ਆਪ ਜੀ ਸੰਗਤਾਂ ਦੇ ਦਰਸ਼ਨ ਨਹੀਂ ਕਰ ਸਕੇ, ਸੋ ਜਥਾ ਆਇਆ ਹੈ ਆਪ ਜੀ ਦੀ ਚਰਨ ਧੂੜ ਲੈਣ ਵਾਸਤੇ। ਸਾਧੂਆਂ ਦੇ ਸੱਦੇ 'ਤੇ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਿਰਫ ਅਤੇ ਸਿਰਫ ਇਹੀ 2-4 ਮਿੰਟ ਦੀ ਹਾਜ਼ਰੀ ਸੀ, ਬਾਕੀ ਬਾਬਾ ਜੀ ਬੈਠੇ ਨੇ ਧਮੋਟ ਵਾਲੇ, ਹਰਜਿੰਦਰ ਸਿੰਘ ਜੀ ਬਰਾੜ ਸਾਹਿਬ, ਇਹ ਵੀ ਬਾਬਾ ਜੀ ਬਾਰੇ ਆਪ ਜੀਆਂ ਨਾਲ ਕੁਝ ਗੱਲਾਂ ਸਾਂਝੀਆਂ ਕਰਨਗੇ। ਬਾਕੀ ਇਹੀ ਇਸ ਸਾਧ ਸੰਗਤ ਵਿੱਚ ਆ ਕੇ ਇਹੀ ਮਨੋਕਾਮਨਾ ਹੈ, ਇਹੀ ਬੇਨਤੀ ਹੈ, ਇਹੀ ਸਾਰਿਆਂ ਨੇ ਜੋਦੜੀ ਕਰਨੀ ਹੈ। ਹੇ ਸਤਿਗੁਰੂ, ਹੇ ਗਰੀਬਾਂ ਨੂੰ ਨਿਵਾਜਣ ਵਾਲੇ ਪਾਤਸ਼ਾਹ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਸਾਧੂਆਂ ਦੀ, ਨਾਮ ਜਪਣ ਵਾਲਿਆਂ ਦੀ ਸਾਨੂੰ ਧੂਰ ਬਣਾ ਕੇ ਰੱਖੋ, ਉਹਨਾਂ ਦੇ ਚਰਨਾਂ 'ਚ ਰੱਖੋ, ਉਹਨਾਂ ਦੀ ਸੇਵਾ ਵਿੱਚ ਰੱਖੋ, ਇਹੀ ਮੇਰੇ ਜੀਵਨ ਦਾ ਲਕਸ਼ ਹੈ। ਉਸ ਪ੍ਰਭੂ ਦਾ ਨਾਮ ਜਪਣਾ, ਸਾਧੂਆਂ ਦੀ ਸੰਗਤ ਕਰਨੀ, ਤਾਂ ਹੀ ਮੇਰਾ ਜੀਵਨ ਹੈ ਇਹ ਜਿਹੜਾ ਸਫਲ ਹੋ ਸਕਦਾ ਹੈ। ਸੋ ਪ੍ਰਬੰਧਕਾਂ ਦਾ, ਗੁਰੂ ਸਾਹਿਬ ਦਾ, ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ।
ਭੁੱਲਾਂ ਦੀ ਮਾਫ਼ੀ ਬਖਸ਼ੋ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।